ਭਿਆਨਕ ਸੜਕੀ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਇਹ ਤਸਵੀਰ ਉਸ ਨੌਜਵਾਨ ਦੀ ਹੈ ਜਿਸ ਦੇ ਸਰੀਰ ਉੱਪਰੋਂ ਟਰੈਕਟਰ ਲੰਘ ਗਿਆ। ਮੌਕੇ 'ਤੇ ਹੀ ਇਸਨੇ ਦਮ ਤੋੜ ਦਿੱਤਾ। ਇਹ ਘਟਨਾ ਉਦੋਂ ਘਟੀ ਜਦੋਂ ਇਹ ਨੌਜਵਾਨ ਕੰਮ ਤੋਂ ਬਾਅਦ ਆਪਣੀ ਰਿਸ਼ਤੇਦਾਰੀ 'ਚ ਜਾ ਰਿਹਾ ਸੀ। ਬਾਈਕ 'ਤੇ ਸਵਾਰ ਸੀ ਤਾਂ ਇਸ ਦੀ ਟੱਕਰ ਟਰੈਕਟਰ ਟਰਾਲੀ ਦੇ ਨਾਲ ਹੋਈ ਔਰ ਇਹ ਥੱਲੇ ਡਿੱਗ ਪਿਆ, ਜਿਸ ਤੋਂ ਬਾਅਦ ਟਰੈਕਟਰ ਦਾ ਟਾਇਰ ਇਸਦੇ ਸਰੀਰ ਉੱਪਰੋਂ ਦੀ ਲੰਘ ਗਿਆ। ਦਰਦਾਂ ਦੀ ਤਾਬ ਨਾ ਸਹਾਰਦੇ ਹੋਏ ਇਸ ਨੌਜਵਾਨ ਦੇ ਵੱਲੋਂ ਦਮ ਤੋੜਿਆ ਗਿਆ। ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਦੇ ਵਿੱਚ ਇਹ ਦਰਦਨਾਕ ਸੜਕੀ ਹਾਦਸਾ ਹੋਇਆ। ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਗੁਰਬਖਸ਼ ਸਿੰਘ ਵਾਸੀ ਬੋਟਰ, ਜੋ ਕਿ ਸੈਲਰ ਦੇ ਵਿੱਚ ਮਿਹਨਤ ਮਜ਼ਦੂਰੀ ਕਰਦਾ ਸੀ, ਜੋ ਰਾਤ ਨੂੰ ਆਪਣੇ ਕੰਮ ਤੋਂ ਬਾਅਦ ਰਿਸ਼ਤੇਦਾਰਾਂ ਦੇ ਕੋਲ ਜਾ ਰਿਹਾ ਸੀ ਤਾਂ ਪਿੰਡ ਸਰੂਪੇਵਾਲਾ ਵਿਖੇ ਇੱਕ ਟਰੈਕਟਰ ਟਰਾਲੀ ਨੇ ਉਸਦੇ ਬਾਈਕ ਨੂੰ ਟੱਕਰ ਮਾਰੀ ਅਤੇ ਉਹ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ। ਮੌਕੇ 'ਤੇ ਹੀ ਉਸਨੇ ਦਮ ਤੋੜ ਦਿੱਤਾ ਤਾਂ ਧਾਹਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ। ਦੂਜੇ ਪਾਸੇ ਉਹਨਾਂ ਨੇ ਪੁਲਿਸ 'ਤੇ ਵੀ ਇਲਜ਼ਾਮ ਲਾਏ ਨੇ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਭਿਆਨਕ ਸੜਕੀ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਜਾਨ ਚਲੀ ਗਈ। ਜਿਹੜੇ ਬੱਚੇ ਦਾ ਐਕਸੀਡੈਂਟ ਹੋਇਆ ਕੀ ਲੱਗਦੇ ਹੁੰਦੇ? ਮੇਰਾ ਬ੍ਰਦਰ ਹੈ ਜੀ ਛੋੜਾ। ਕੀ ਨਾਮ ਸੀ? ਮਾਮਾ ਜੀ ਦਾ ਮੁੰਡਾ ਲਵਖਸ਼ ਸਿੰਘ। ਤੁਹਾਡਾ ਕੀ ਨਾਮ ਹੈ? ਯੁਵਰਾਜ ਸਿੰਘ ਮੇਰਾ ਨਾਮ। ਕਿਵੇਂ ਹੋਇਆ ਐਕਸੀਡੈਂਟ ਇਹ? ਮੇਰੇ ਰਾਤ ਨੂੰ ਸ਼ੈਲਰ 'ਚੋਂ ਛੁੱਟੀ ਕਰਕੇ ਘਰ ਨੂੰ ਜਾ ਰਿਹਾ ਸੀ ਅਤੇ ਆਪਣਾ ਇੱਧਰ ਰਿਸ਼ਤੇਦਾਰੀ ਆ ਵੱਡੇ ਬ੍ਰਦਰ ਦੇ, ਉੱਧਰ ਸਹੁਰੇ ਆ, ਉੱਥੇ ਜਾ ਰਿਹਾ ਸੀ ਅਤੇ ਰਾਹ ਵਿੱਚ ਕੋਈ ਟਰਾਲੀ ਵਾਲਿਆਂ ਦੇ ਵੱਲੋਂ ਉਹਦੇ ਫੇੜ ਮਾਰੀ ਗਈ ਅਤੇ ਸੁੱਟਿਆ ਗਿਆ ਸੜਕ ਦੇ ਵਿਚਾਲੇ ਅਤੇ ਉੱਪਰ ਦੀ ਉਹਦੇ ਟਰੈਕਟਰ ਲੰਘਾ ਦਿੱਤਾ ਗਿਆ। ਹਾਂਜੀ, ਅਤੇ ਪੁਲਿਸ ਨੇ ਅਜੇ ਤੱਕ ਰਾਤ 9 ਵਜੇ ਦੀ ਮਤਲਬ ਕਿ ਦੁਰਘਟਨਾ ਵਾਪਰੀ ਆ ਅਤੇ ਹੁਣ 10 ਵਜੇ ਚੱਲੇ ਸੁਬਹਾ ਦੇ, ਅਜੇ ਤੱਕ ਕੋਈ ਕਾਰਵਾਈ ਨਹੀਂ, ਕੋਈ ਪ੍ਰਸ਼ਾਸਨ ਨੇ ਕੋਈ ਕੁਛ ਨਹੀਂ ਕੀਤਾ। ਪ੍ਰਸ਼ਾਸਨ ਦੀਆਂ ਮਿੰਨਤਾਂ ਕੱਢ ਰਹੇ ਹਾਂ ਵੀ ਸਾਨੂੰ ਕਿਸੇ ਪਾਸੇ ਲਾਇਆ ਜਾਵੇ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਨਾਲ ਮਤਲਬ ਕਿ ਹਮਾਇਤ ਨਹੀਂ ਦਿਖਾਈ ਗਈ। ਟਰੈਕਟਰ ਟਰਾਲੀ ਫੜ ਲਿਆ? ਟਰੈਕਟਰ ਟਰਾਲੀ ਬਰਾਮਦ ਕਰ ਲਿਆ ਜੀ ਉਹਨਾਂ ਨੇ। ਕਿੰਨਾ ਦਾ ਉਹ? ਉਹ ਉਹਨਾਂ ਨੇ ਵੈਰੀਫਾਈ ਕਰ ਲਿਆ, ਪਰ ਫਿਰ ਵੀ ਕਹਿ ਰਿਹਾ ਜੀ ਇਹ ਅਣਪਛਾਤੇ ਬੰਦਿਆਂ ਵੱਲੋਂ ਕੁਛ ਇੱਦਾਂ। ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਇਹ ਤਸਵੀਰ ਉਸ ਨੌਜਵਾਨ ਦੀ ਹੈ ਜਿਸ ਦੇ ਸਰੀਰ ਉੱਪਰੋਂ ਟਰੈਕਟਰ ਲੰਘ ਗਿਆ। ਮੌਕੇ 'ਤੇ ਹੀ ਇਸਨੇ ਦਮ ਤੋੜ ਦਿੱਤਾ। ਇਹ ਘਟਨਾ ਉਦੋਂ ਘਟੀ ਜਦੋਂ ਇਹ ਨੌਜਵਾਨ ਕੰਮ ਤੋਂ ਬਾਅਦ ਆਪਣੀ ਰਿਸ਼ਤੇਦਾਰੀ 'ਚ ਜਾ ਰਿਹਾ ਸੀ। ਬਾਈਕ 'ਤੇ ਸਵਾਰ ਸੀ ਤਾਂ ਇਸ ਦੀ ਟੱਕਰ ਟਰੈਕਟਰ ਟਰਾਲੀ ਦੇ ਨਾਲ ਹੋਈ ਔਰ ਇਹ ਥੱਲੇ ਡਿੱਗ ਪਿਆ, ਜਿਸ ਤੋਂ ਬਾਅਦ ਟਰੈਕਟਰ ਦਾ ਟਾਇਰ ਇਸਦੇ ਸਰੀਰ ਉੱਪਰੋਂ ਦੀ ਲੰਘ ਗਿਆ। ਦਰਦਾਂ ਦੀ ਤਾਬ ਨਾ ਸਹਾਰਦੇ ਹੋਏ ਇਸ ਨੌਜਵਾਨ ਦੇ ਵੱਲੋਂ ਦਮ ਤੋੜਿਆ ਗਿਆ। ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਇ ਦੇ ਵਿੱਚ ਇਹ ਦਰਦਨਾਕ ਸੜਕੀ ਹਾਦਸਾ ਹੋਇਆ। ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਗੁਰਬਖਸ਼ ਸਿੰਘ ਵਾਸੀ ਬੋਟਰ, ਜੋ ਕਿ ਸੈਲਰ ਦੇ ਵਿੱਚ ਮਿਹਨਤ ਮਜ਼ਦੂਰੀ ਕਰਦਾ ਸੀ, ਜੋ ਰਾਤ ਨੂੰ ਆਪਣੇ ਕੰਮ ਤੋਂ ਬਾਅਦ ਰਿਸ਼ਤੇਦਾਰਾਂ ਦੇ ਕੋਲ ਜਾ ਰਿਹਾ ਸੀ ਤਾਂ ਪਿੰਡ ਸਰੂਪੇਵਾਲਾ ਵਿਖੇ ਇੱਕ ਟਰੈਕਟਰ ਟਰਾਲੀ ਨੇ ਉਸਦੇ ਬਾਈਕ ਨੂੰ ਟੱਕਰ ਮਾਰੀ ਅਤੇ ਉਹ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ। ਮੌਕੇ 'ਤੇ ਹੀ ਉਸਨੇ ਦਮ ਤੋੜ ਦਿੱਤਾ ਤਾਂ ਧਾਹਾਂ ਮਾਰ ਮਾਰ ਕੇ ਪਰਿਵਾਰ ਰੋ ਰਿਹਾ। ਦੂਜੇ ਪਾਸੇ ਉਹਨਾਂ ਨੇ ਪੁਲਿਸ 'ਤੇ ਵੀ ਇਲਜ਼ਾਮ ਲਾਏ ਨੇ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਭਿਆਨਕ ਸੜਕੀ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਜਾਨ ਚਲੀ ਗਈ। ਜਿਹੜੇ ਬੱਚੇ ਦਾ ਐਕਸੀਡੈਂਟ ਹੋਇਆ ਕੀ ਲੱਗਦੇ ਹੁੰਦੇ? ਮੇਰਾ ਬ੍ਰਦਰ ਹੈ ਜੀ ਛੋੜਾ। ਕੀ ਨਾਮ ਸੀ? ਮਾਮਾ ਜੀ ਦਾ ਮੁੰਡਾ ਲਵਖਸ਼ ਸਿੰਘ। ਤੁਹਾਡਾ ਕੀ ਨਾਮ ਹੈ? ਯੁਵਰਾਜ ਸਿੰਘ ਮੇਰਾ ਨਾਮ। ਕਿਵੇਂ ਹੋਇਆ ਐਕਸੀਡੈਂਟ ਇਹ? ਮੇਰੇ ਰਾਤ ਨੂੰ ਸ਼ੈਲਰ 'ਚੋਂ ਛੁੱਟੀ ਕਰਕੇ ਘਰ ਨੂੰ ਜਾ ਰਿਹਾ ਸੀ ਅਤੇ ਆਪਣਾ ਇੱਧਰ ਰਿਸ਼ਤੇਦਾਰੀ ਆ ਵੱਡੇ ਬ੍ਰਦਰ ਦੇ, ਉੱਧਰ ਸਹੁਰੇ ਆ, ਉੱਥੇ ਜਾ ਰਿਹਾ ਸੀ ਅਤੇ ਰਾਹ ਵਿੱਚ
ਕੋਈ ਟਰਾਲੀ ਵਾਲਿਆਂ ਦੇ ਵੱਲੋਂ ਉਹਦੇ ਫੇੜ ਮਾਰੀ ਗਈ ਅਤੇ ਸੁੱਟਿਆ ਗਿਆ ਸੜਕ ਦੇ ਵਿਚਾਲੇ ਅਤੇ ਉੱਪਰ ਦੀ ਉਹਦੇ ਟਰੈਕਟਰ ਲੰਘਾ ਦਿੱਤਾ ਗਿਆ। ਹਾਂਜੀ, ਅਤੇ ਪੁਲਿਸ ਨੇ ਅਜੇ ਤੱਕ ਰਾਤ 9 ਵਜੇ ਦੀ ਮਤਲਬ ਕਿ ਦੁਰਘਟਨਾ ਵਾਪਰੀ ਆ ਅਤੇ ਹੁਣ 10 ਵਜੇ ਚੱਲੇ ਸੁਬਹਾ ਦੇ, ਅਜੇ ਤੱਕ ਕੋਈ ਕਾਰਵਾਈ ਨਹੀਂ, ਕੋਈ ਪ੍ਰਸ਼ਾਸਨ ਨੇ ਕੋਈ ਕੁਛ ਨਹੀਂ ਕੀਤਾ। ਪ੍ਰਸ਼ਾਸਨ ਦੀਆਂ ਮਿੰਨਤਾਂ ਕੱਢ ਰਹੇ ਹਾਂ ਵੀ ਸਾਨੂੰ ਕਿਸੇ ਪਾਸੇ ਲਾਇਆ ਜਾਵੇ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਨਾਲ ਮਤਲਬ ਕਿ ਹਮਾਇਤ ਨਹੀਂ ਦਿਖਾਈ ਗਈ। ਟਰੈਕਟਰ ਟਰਾਲੀ ਫੜ ਲਿਆ, ਟਰੈਕਟਰ ਟਰਾਲੀ ਬਰਾਮਦ ਕਰ ਲਿਆ ਜੀ ਉਹਨਾਂ ਨੇ। ਕਿੰਨਾ ਦਾ ਉਹ ਉਹਨਾਂ ਨੇ ਵੈਰੀਫਾਈ ਕਰ ਲਿਆ, ਪਰ ਫਿਰ ਵੀ ਕਹਿ ਰਿਹਾ ਜੀ ਇਹ ਅਣਪਛਾਤੇ ਬੰਦਿਆਂ ਵੱਲੋਂ ਕੁਛ ਇੱਦਾਂ